मॉर्निंग तो ही बहुत बारे टॉपिक हो गया कि कुड़िया 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 मतलब साडा जिहड़ा एक मेन मोटिव आ मिसेस पंजाब जिहड़ा असीं इह करवा रहे हां कंपीटीशन साडा मेन मोटिव ही इही आ किसी नूं असीं प्रेशराइज़ नहीं कर सकते बस एक मैसेज दे सकते हुंदे आ ते साडी भी कोशिश आ कि जे असीं 10 जणियां दे विचों कोई 2-4 दी सोच भी चेंज कर सकीए सो दैट्स व्हाई असीं बार बार इस टॉपिक ते गल कीती जांदी है क्योंकि ਕੁੜੀਆਂ ਲਈ ਇਹ ਸ਼ੋਅ ਰੱਖਿਆ ਗਿਆ ਤੇ ਸਾਡਾ ਮੇਨ ਜਿਹੜੀ ਚੀਜ਼ ਆ ਸੀ ਉਹੀ ਪੇਰੈਂਟਸ ਨੂੰ ਜਿਹੜਾ ਮੈਸੇਜ ਕਨਵੇ ਕਰਨਾ ਚਾਹੁੰਦੇ ਆ ਕਿ ਤੁਸੀਂ ਵੀ ਆਪਣੀ ਧੀਆਂ ਨੂੰ ਇੱਕ ਵਾਰ ਮੌਕਾ ਦਿਓ ਉਹਨਾਂ ਨੂੰ ਬਾਹਰ ਆਉਣ ਦਾ ਮੌਕਾ ਦਿਓ ਤੇ ਉਹਨਾਂ ਨੂੰ ਸਪੋਰਟ ਕਰੋ ਉਹ ਵੀ ਤੁਹਾਡਾ ਜ਼ਰੂਰ ਨਾਂ ਰੋਸ਼ਨ ਕਰਨਗੀਆਂ ਮੈਂ ਬਹੁਤ ਵਾਰ ਮੈਂ ਵੀ ਇੱਕ ਪਿੰਡ ਤੋਂ ਬਿਲੋਂਗ ਕਰਦੀ ਹਾਂ ਬਹੁਤ ਵਾਰ ਇਹ ਚੀਜ਼ਾਂ ਅਸੀਂ ਦੇਖਦੇ ਹਾਂ ਦੂਜੇ ਦੀਆਂ ਕੁੜੀਆਂ ਨੂੰ ਕਿ ਦੇਖੋ ਜੇ ਕਿਸੇ ਦੀ ਕੁੜੀ ਫੋਰਨ ਵੀ ਗਈ ਜਾਂ ਜੇ ਕਿਸੇ ਦੀ ਕੁੜੀ ਟੀਵੀ ਤੇ ਆਉਂਦੀ ਆ ਤਾਂ ਪੇਰੈਂਟਸ ਕਹਿੰਦੇ ਨੇ ਦੇਖ ਉਹਦੀ ਕੁੜੀ ਟੀਵੀ ਤੇ ਆਉਂਦੀ ਆ ਮਤਲਬ ਤੁਹਾਡੀ ਵੀ ਕਦੇ ਆਪਣੀਆਂ ਧੀਆਂ ਦੀਆਂ ਵੀ ਗੱਲਾਂ ਬਹਿ ਕੇ ਸੁਣੋ ਤੇ ਤੁਹਾਡੀਆਂ ਵੀ ਕੁੜੀਆਂ ਸਭ ਕਰ ਸਕਦੀਆਂ ਨੇ ਬਸ ਉਹਨਾਂ ਨੂੰ ਲੋੜ ਆ ਇੱਕ ਸਪੋਰਟ ਦੀ ਉਹਨਾਂ ਨੂੰ ਸਪੋਰਟ ਕਰੋ ਤੇ ਉਹਨਾਂ ਦੇ ਵੀ ਸੁਪਨੇ ਸਾਕਾਰ ਹੋ ਸਕਦੇ ਨੇ ਤੁਹਾਡੀ ਕੁੜੀ ਵੀ ਇੱਕ ਦਿਨ ਟੀਵੀ ਤੇ ਆ ਸਕਦੀ ਆ ਤੇ ਟੀਵੀ ਤੇ ਆਉਣਾ ਹੀ ਬਹੁਤ ਨਹੀਂ ਬਹੁਤ ਕੁਝ ਕਰਨ ਨੂੰ ਆ ਤੇ ਬਸ ਇੱਕੋ ਮੈਸੇਜ ਆ ਕਿ ਆਪਣੀਆਂ ਕੁੜੀਆਂ ਨੂੰ ਮੌਕਾ ਦਿਓ ਹਾਂਜੀ ਸਾਡੀ ਨੈਕਸਟ ਲੜਕੀ ਹੈ ਰਮਨਦੀਪ ਕੌਰ ਕਿੰਨੀ ਵਾਰ ਮੈਂ ਸਾਜਿਆ ਖੁਦ ਨੂੰ ਕਈ ਕਈ ਵਾਰ ਤਰਾਸ਼ਿਆ ਖੁਦ ਨੂੰ ਚੱਲ ਮੈਂ ਰਮ ਦਾ ਦਰ ਘਰ ਮੱਲੀਏ ਕਈ ਕਈ ਵਾਰ ਮੈਂ ਆਖਿਆ ਖੁਦ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਰਮਨਦੀਪ ਕੌਰ ਪੇਸ਼ੇ ਵਜੋਂ ਅਧਿਆਪਕ ਹਾਂ ਲਿਖਣਾ ਮੇਰਾ ਸ਼ੌਂਕ ਹੈ ਤੇ ਮੁਕਤਸਰ ਸਾਹਿਬ ਦੀ ਧਰਤੀ ਨਾਲ ਬਿਲੋਂਗ ਕਰਦੀ ਹਾਂ ਪਿੰਡ ਦੀ ਇੱਕ ਪੇਂਡੂ ਕੁੜੀ ਹਾਂ ਸੱਤ ਦੇ ਵਿੱਚ ਮੇਰਾ ਘਰ ਹੈ ਉਹ ਸੱਤ ਚ ਉੱਠ ਕੇ ਆਈ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦੀ ਹਾਂ ਲਾਈਕ ਸਾਰੇ ਬਹੁਤ ਜ਼ਿਆਦਾ ਲਾਈਕ ਥੋੜ੍ਹੇ ਲਿਸ਼ਕ ਲਿਸ਼ਕ ਦੇ ਵਾਲੇ ਕੱਪੜੇ ਪਾ ਕੇ ਆਏ ਨੇ ਤਾਂ ਤੁਸੀਂ ਇੰਨਾ ਸਿੰਪਲ ਜੇ ਹੈ ਨਾ ਬਹੁਤ ਮਤਲਬ ਪ੍ਰੋਪਰ ਰੈਡੀ ਹੋ ਗਏ ਤੇ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦੀ ਹਾਂ ਕਿ ਲਾਈਕ ਤੁਸੀਂ ਜਿਸ ਤਰ੍ਹਾਂ ਬਿਊਟੀ ਪੇਜੈਂਟ ਹੈ ਹਾਂਜੀ ਹਾਂਜੀ ਤੇ ਤੁਸੀਂ ਲਾਈਕ ਇੰਨਾ ਮੈਂ ਐਕਚੁਅਲੀ ਮੈਂ ਪ੍ਰਪੇਅਰ ਹੋ ਕੇ ਨਹੀਂ ਆਈ ਸੀ ਮੇਰੀ ਇਹ ਸਿਸਟਰਸ ਨੇ ਸਪੋਰਟ ਕੀਤੀ ਹੈ ਮੈਂ ਮਤਲਬ ਫੈਮਲੀ ਦੀ ਸਪੋਰਟ ਨਾਲ ਨਹੀਂ ਆਈ ਠੀਕ ਆਪਾਂ ਲਾਈਵ ਜ਼ਰੂਰ ਬੋਲ ਰਹੇ ਹਾਂ ਮੈਂ ਸਿਸਟਰਸ ਦੀ ਮੇਰੀ ਕਲੂ ਸਿਸਟਰਸ ਨੇ ਚਾਰੋਂ ਸਿਸਟਰਸ ਮੇਰੇ ਨਾਲ ਨੇ ਅੱਜ ਉਹਨਾਂ ਦੀ ਵਜ੍ਹਾ ਨਾਲ ਇਕੱਠੇ ਖੜੀ ਹਾਂ ਹਾਂ ਸਭ ਤੋਂ ਜ਼ਿਆਦਾ ਸਪੋਰਟ ਅੱਜ ਤੱਕ ਮੈਨੂੰ ਡੈਡੀ ਵੱਲੋਂ ਹੀ ਮਿਲੀ ਆ ਹਾਲਾਂਕਿ ਮੰਮੀ ਦਾ ਰੋਲ ਜ਼ਿਆਦਾ ਹੁੰਦਾ ਮੰਮੀ ਦਾ ਵੀ ਰੋਲ ਹੈਗਾ ਬਟ ਡੈਡੀ ਜਿੱਥੇ ਡੈਡੀ ਮੇਰੇ ਨਾਲ ਮੇਰੇ ਖੜੇ ਆ ਨਾ ਉੱਥੇ ਮੇਰੇ ਨਾਲ ਕੋਈ ਦੂਸਰਾ ਬੰਦਾ ਇਵਨ ਦੈਟ ਸੀ ਮੇਰਾ ਹਸਬੈਂਡ ਵੀ ਨਹੀਂ ਖੜ ਸਕਿਆ ਓਕੇ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਲਾਈਕ ਉਹਨਾਂ ਮੈਂ ਉਹਨਾਂ ਨੂੰ ਬਿਨਾਂ ਦੱਸੇ ਜਾਂ ਉਹਨਾਂ ਦੀ ਸਪੋਰਟ ਤੋਂ ਬਿਨਾਂ ਜਿੱਥੇ ਖੜੀ ਹਾਂ ਤੁਸੀਂ ਆਪਣੇ ਮੰਮਾ ਪਾਪਾ ਨੂੰ ਆਪਣੇ ਵੱਲੋਂ ਕੁਝ ਮੈਸੇਜ ਦੇਣਾ ਚਾਹੁੰਦੇ ਹੋ ਕੁਝ ਕਹਿਣਾ ਚਾਹੁੰਦੇ ਮੈਂ ਉਹਨਾਂ ਇਹੀ ਕਹਿਣਾ ਹਰ ਵਾਰ ਮੈਂ ਉਹਨਾਂ ਇਹੀ ਕਹਿੰਦੀ ਹੁੰਦੀ ਹਾਂ ਵੀ ਤੁਸੀਂ ਮੈਨੂੰ ਮੌਕਾ ਦਿਓ ਮੈਂ ਬਹੁਤ ਅੱਗੇ ਜਾ ਸਕਦੀ ਹਾਂ ਮੈਨੂੰ ਜਾਣ ਦਿਓ ਤਾਂ ਲੰਬਾ ਹਾਲ ਤਾਂ ਮਿਲ ਗਿਓ ਅੱਛਾ ਤੁਸੀਂ ਆਪਣੇ ਆਪ ਨੂੰ ਅੱਜ ਤੋਂ 5 ਸਾਲ ਬਾਅਦ ਕਿੱਥੇ ਦੇਖਦੇ ਹੋ ਮੈਂ ਆਪਦੇ ਆਪ ਨੂੰ ਮੋਟੀਵੇਸ਼ਨਲ ਟੀਚਰਸ ਕੋਚ ਜਿਹੜੇ ਮੈਂਟਰ ਹੈਗੇ ਆ ਉਹਨਾਂ ਦੇ ਵਿੱਚ ਵੇਖਣਾ ਚਾਹੁੰਦੀ ਹਾਂ ਕਿਉਂਕਿ ਮੈਂ ਜਿਹੜੀ ਹੈਗੀ ਆ ਮੋਟੀਵੇਸ਼ਨਲ ਰਾਈਟਰ ਹਾਂ ਮੈਂ ਲਿਖਦੀ ਹਾਂ ਮੈਂ ਚਾਹੁੰਦੀ ਹਾਂ ਜਿਵੇਂ ਅੱਜ ਕੱਲ੍ਹ ਲੋਕ ਕਹਿ ਰਹੇ ਆ ਵੀ ਮਤਲਬ ਕੁੜੀਆਂ ਨੂੰ ਇਹ ਨਹੀਂ ਹੁੰਦਾ ਵਾਕਈ ਇਹ ਗੱਲ ਸਹੀ ਹੈ ਵੀ ਕੁੜੀਆਂ ਨੂੰ ਇੱਕ ਪਲੈਟਫਾਰਮ ਨਹੀਂ ਮਿਲਦਾ ਜਾਂ ਲੇਡੀਜ਼ ਨੂੰ ਸਪੈਸ਼ਲੀ ਕੁੜੀਆਂ ਤਾਂ ਫਿਰ ਕਾਲਜ ਵੀ ਆਪਣੇ ਸੁਪਨੇ ਪੂਰੇ ਕਰ ਲੈਂਦੀਆਂ ਨੇ ਜਾਂ ਪੀਜੀ 'ਚ ਰਹਿੰਦੀ ਕੋਈ ਕੁਛ ਵੀ ਹੈ ਪਰ ਜਿਹੜੀਆਂ ਘਰਾਂ 'ਚ ਲੇਡੀਜ਼ ਰਹਿੰਦੀਆਂ ਨੇ ਨਾ ਉਹ ਆਪਣੇ ਸ਼ੌਂਕ ਨਹੀਂ ਪੂਰੇ ਕਰ ਸਕਦੀਆਂ ਜੇ ਕਿਸੇ 10 ਦੇ ਵਿੱਚੋਂ ਇੱਕ ਦੀ ਵੀ ਜ਼ਿੰਦਗੀ ਮੈਂ ਸੈੱਟ ਕਰ ਸਕਾਂ ਨਾ ਤਾਂ ਮੇਰੀ ਬੱਲੇ ਬੱਲੇ ਤੇ ਮੇਰੀ ਜਨਮ ਸਫਲ ਹੋ ਜਾਊਗਾ ਥੈਂਕ ਯੂ ਕੀ ਕਾਰਨ ਆ ਪੰਜਾਬ ਦੀ ਧਰਤੀ ਤੇ ਜੋ ਇਸ ਤਰ੍ਹਾਂ ਪੇਰੈਂਟ ਨਹੀਂ ਕਰਦੇ ਹੈਗੇ ਸਾਥ ਨਹੀਂ ਦਿੰਦੇ ਕਈ ਵਾਰ ਇਸ ਤਰ੍ਹਾਂ ਇੱਕ ਲੇਡੀਜ਼ ਕਿਸ ਤਰ੍ਹਾਂ ਮਹਿਸੂਸ ਕਰਦੀ ਆ ਆਪਣੇ ਆਪ ਨੂੰ ਕਿ ਉਹ ਕਿੱਥੇ ਖੜੀ ਅੱਜ ਦੇ ਸਮਾਜ ਵਿੱਚ ਅੱਜ ਦਾ ਸਮਾਜ ਫੇਸਬੁੱਕ ਵਟਸਐਪ ਇੰਨਾ ਐਡਵਾਂਸ ਜ਼ਮਾਨਾ ਹੈ ਪਰ ਅੱਜ ਤੋਂ 15 ਸਾਲ ਪਹਿਲਾਂ ਤੇ ਹੁਣ ਚ ਬਹੁਤ ਫਰਕ ਹੈ ਤੇ ਸੋਚ ਵਿੱਚ ਇਹ ਫਰਕ ਆਇਆ ਹੈ ਜਾਂ ਨਹੀਂ ਪੰਜਾਬ ਸੋਚ ਵਿੱਚ ਫਰਕ ਆਇਆ ਸਰ ਜਿਵੇਂ ਤੁਸੀਂ ਫੇਸਬੁੱਕ ਤੇ ਵਟਸਐਪ ਦੀ ਗੱਲ ਕੀਤੀ ਮੈਂ ਪਿਛਲੇ ਸਾਲ ਤੋਂ ਆਪਦਾ ਇੱਕ ਫੇਸਬੁੱਕ ਪੇਜ ਚਲਾ ਰਹੀ ਹਾਂ
ਜਿਹਦੇ ਵਿੱਚ ਮੈਂ ਜੋ ਰਾਈਟਿੰਗਸ ਕਰਦੀ ਹਾਂ ਮੈਂ 6 ਮਹੀਨੇ ਉਹਦੇ ਡੈਡੀ ਨੂੰ ਨਹੀਂ ਦੱਸਦੀ ਸੀ ਹਾਲਾਂਕਿ ਮੰਮੀ ਨੂੰ ਪਤਾ ਸੀ ਵੀ ਇਹ ਕੁੜੀ ਲਿਖਦੀ ਹੈ ਇਹਨੂੰ ਬੜੇ ਸਪੋਰਟ ਨੇ ਇਹਦੇ ਨਾਲ ਬੜੇ ਫੈਨ ਫੋਲੋਇੰਗ ਇਹਦੀ ਵੀ ਹੋ ਗਈ ਹੈ ਲਾਈਕ ਲੁੱਕ ਵਾਹ ਵਾਹ ਸਾਰੇ ਮੈਸੇਜ ਟਿੰਗ ਟਿੰਗ ਹੁੰਦੀ ਰਹਿੰਦੀ ਹੈ ਬਟ ਡੈਡੀ ਨੂੰ ਨਹੀਂ ਪਤਾ ਸੀ ਹੌਲੀ ਹੌਲੀ ਜਦੋਂ ਫੇਸਬੁੱਕ ਹੈ ਆਪਣੇ ਰਿਲੇਟਿਵਸ ਜੁੜੇ ਹੋਏ ਉਹਨਾਂ ਨੇ ਜੋ ਦੱਸਿਆ ਨਾ ਮਨਾ ਪਵਾਨੀ ਪੋਸਟਰੀ ਬਹੁਤ ਕੈਂਟ ਸੀ ਆਹ ਬਵਰਡਿੰਗ ਸੀ ਜਿਹੜੀ ਜਮਾਂ ਡਿੱਟੋ ਸੀ ਸਹੀ ਸੀ ਫਿਰ ਹੌਲੀ ਹੌਲੀ ਲੱਗਦਾ ਹੁਣ ਡੈਡੀ ਦਾ ਥੋੜ੍ਹਾ ਮਾਈਂਡ ਚੇਂਜ ਹੋ ਰਿਹਾ ਅਤੇ ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਲੇਡੀਜ਼ ਨੂੰ ਮਤਲਬ ਹਜੇ ਵੀ ਲੇਡੀਜ਼ ਜਿਹੜੀਆਂ ਪਿੰਡਾਂ ਵਾਲੀਆਂ ਨਾ ਉਹ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਮੈਂ ਸੱਤ 'ਚ ਉੱਠ ਕੇ ਆਈ ਹਾਂ ਉਹ ਸੱਤ 'ਚੋਂ ਹੀ ਹੈ ਵੀ ਸਿਰ ਕਵਰ ਕਰਕੇ ਹੀ ਜਾਣਾ ਤੁਸੀਂ ਭਾਵੇਂ ਕਿੰਨੀਆਂ ਪੜ੍ਹੀਆਂ ਲਿਖੀਆਂ ਮੇਰੇ 9 ਸਾਲ ਤੋਂ ਗੌਰਮੈਂਟ ਜੋਬ ਕਰ ਰਹੀ ਹਾਂ ਮੈਂ 2009 ਤੋਂ ਪਰ ਅੱਜ ਵੀ ਮੇਰਾ ਟ੍ਰੈਂਡ ਹੈ ਇੱਕ ਵਾਰੀ ਘਰੋਂ ਚੁੰਡੀ ਲੈ ਕੇ ਨਿਕਲਣਾ ਪਿੰਡਾਂ ਦੀਆਂ ਲੇਡੀਜ਼ ਦਾ ਸੋਚਣੀ ਦਾ ਫਰਕ ਹੈਗਾ ਜਾਂ ਜੈਂਟਸ ਦਾ ਕਿਹਦਾ ਫਰਕ ਹੈ ਦੋਨਾਂ 'ਚ ਜਿਹੜੀਆਂ ਪਿੰਡ ਦੀਆਂ ਬੁੱਢੀਆਂ ਹੁੰਦੀਆਂ ਨੇ ਬਜ਼ੁਰਗ ਹੁੰਦੀਆਂ ਨੇ ਔਰਤ ਜ਼ਿੰਮੇਵਾਰ ਹੈ ਔਰਤ ਹੀ ਔਰਤ ਦਾ ਜ਼ਿੰਮੇਵਾਰ ਹੈ ਬਿਲਕੁਲ ਜੀ ਕਿਉਂਕਿ ਬੰਦਾ ਤਾਂ ਔਰਤ ਜ਼ਿਆਦਾ ਠੀਕ ਹੈ ਥੈਂਕ ਯੂ ਤੁਸੀਂ ਕੀ ਕਹਿ ਰਹੇ ਸੀ ਵੀ ਕੀ ਲਿਖਦੇ ਹੋ ਤੁਸੀਂ ਸਰ ਮੈਂ ਰਾਈਟਰ ਹਾਂ ਮੈਂ ਕਵਿਤਾਵਾਂ ਲਿਖਦੀ ਹਾਂ ਗਜ਼ਲਸ ਵੀ ਲਿਖ ਲੈਂਦੀ ਹਾਂ ਕਹਾਣੀਆਂ ਵੀ ਲਿਖਦੀ ਹਾਂ ਮੇਰੀ ਖੁਦ ਦੀ ਕਹਾਣੀ ਲਿਖੀ ਹੋਈ ਸੀ ਹੁਣੇ ਹੁਣੇ ਮੈਡਮ ਕਹਿ ਕੇ ਅੱਡੇ ਆ ਮਤਲਬ ਬੜੀ ਵਧੀਆ ਇਹਨਾਂ ਨੇ ਗੱਲ ਕੀਤੀ ਹੈ ਵੀ ਸੋਸਾਇਟੀ 'ਚੋਂ ਬਾਹਰ ਨਿਕਲੋ ਸੋਸਾਇਟੀ ਨੂੰ ਮੈਂ ਦੱਸਣਾ ਚਾਹੁੰਦੀ ਹਾਂ ਵੀ ਸੋਸਾਇਟੀ ਅਸੀਂ ਮੰਨਦੇ ਕਿਹਨੂੰ ਹਾਂ ਅਸੀਂ ਇਹ ਕਹਿੰਦੇ ਵੀ ਫਲਾਨਾ ਗੁਆਂਢੀ ਜਾਂ ਸਾਡੇ ਗੁਆਂਢੀਆਂ ਨੂੰ ਜਾਂ ਅਸੀਂ ਰਿਸ਼ਤੇਦਾਰਾਂ ਨੂੰ ਲਾ ਲੈਂਦੇ ਹਾਂ ਸੋਸਾਇਟੀ ਸੋਸਾਇਟੀ ਸਾਡੇ ਘਰ ਤੋਂ ਸ਼ੁਰੂ ਹੁੰਦੀ ਹੈ ਸਭ ਤੋਂ ਪਹਿਲਾਂ ਜਿਹੜੀ ਸੋਸਾਇਟੀ ਆ ਤੁਹਾਡੀ ਮਾਂ ਅਤੇ ਪਿਓ ਹੈ ਸਾਡੀ ਸੋਸਾਇਟੀ ਉੱਥੋਂ ਸ਼ੁਰੂ ਹੁੰਦੀ ਹੈ ਜੇ ਉਹ ਮੇਰੇ ਨਾਲ ਅੱਜ ਮੰਨ ਲਓ ਮੇਰੇ ਡੈਡੀ ਅਤੇ ਮੇਰੇ ਮੰਮੀ ਇੱਥੇ ਬੈਕਅਪ ਕਰ ਰਹੇ ਹੁੰਦੇ ਨਾ ਮੇਰਾ ਇੱਥੇ ਤਾਂ ਮੇਰਾ ਡਬਲ ਕੌਨਫੀਡੈਂਸ ਹੋਣਾ ਸੀ ਜਿਵੇਂ ਕਿ ਅਭੀ ਘਰ ਤੋਂ ਨਿਕਲਦੇ ਹੋ ਤੇ ਚੁੰਨੀ ਲੈ ਕੇ ਵੀ ਸੱਤ ਵਿੱਚ ਜਾਣਾ ਹੈ ਹਾਂਜੀ ਸੱਤ ਦੇ ਵਿੱਚ ਜਿਵੇਂ ਬਜ਼ੁਰਗ ਇਕੱਠੇ ਹੁੰਦੇ ਆ ਸਾਨੂੰ ਨਹੀਂ ਅਲਾਊਡ ਨਹੀਂ ਹੈਗਾਗਾ ਕਿ ਕੁੜੀਆਂ ਸਿਰ ਤੋਂ ਚੁੰਨੀ ਲਾ ਕੇ ਜਾਣ ਸਿਰ ਕਵਰ ਕਰਕੇ ਹੀ ਜਾਈਦਾ ਅੱਜ ਦੇ ਮਤਲਬ ਜਿਹੜੇ ਪਿੰਡ ਚੋਂ ਮੈਂ ਆਈ ਹਾਂ ਠੀਕ ਹੈ ਥੋੜ੍ਹਾ ਜਿਹਾ ਤੁਹਾਨੂੰ ਮੇਰਾ ਲੁੱਕ ਲੱਗ ਰਹੀ ਹੋਣੀ ਆ ਮਾਡਰਨ ਇਹ ਮੈਰਿਜ ਤੋਂ ਬਾਅਦ ਹੀ ਹੋਈ ਵੀ ਉਸੇ ਨੂੰ ਮੈਂ ਮੈਂਟੇਨ ਕੀਤਾ ਹੋਇਆ ਪਰ ਇੱਕ ਵਾਰੀ ਕਵਰ ਕਰ ਲਈਦਾ ਵੀ ਇਹਨੂੰ ਗਲਤ ਤਰੀਕਾ ਕਿਦਾਂ ਤੁਸੀਂ ਸੋਚਦੇ ਵੀ ਗਲਤ ਨਹੀਂ ਮੈਂ ਤਾਂ ਨਹੀਂ ਸੋਚਦੀ ਗਲਤ ਪਰ ਫਿਰ ਮੈਂ ਸਾਰਿਆਂ ਨਾਲ ਲੜ ਤਾਂ ਨਹੀਂ ਸਕਦੀ ਨਹੀਂ ਤੁਸੀਂ ਪਹਿਲੇ ਕਿਹਾ ਨਾ ਵਿਸਾਪ ਤੇ ਚੋ ਸਿਰ ਧੱਕ ਕੇ ਨਾ ਜੇ ਵੱਡਿਆਂ ਦਾ ਆਦਰ ਕਰਦੇ ਆ ਤਾਂ ਕੋਈ ਬੁਰਾਈ ਤਾਂ ਨਹੀਂ ਇਹ ਬਿਲਕੁਲ ਕੋਈ ਬੁਰਾਈ ਨਹੀਂ ਪਰ ਜਿਵੇਂ ਅੱਜ ਕੱਲ੍ਹ ਥੋੜ੍ਹਾ ਜਿਹਾ ਮਤਲਬ ਇਹ ਵੀ ਹੈਗਾ ਨਾ ਵੀ ਕੁੜੀਆਂ ਇਸ ਚੀਜ਼ ਨੂੰ ਚੰਗਾ ਵੀ ਨਹੀਂ ਸਮਝਦੀਆਂ ਵੀ ਸਾਨੂੰ ਮੈਨੂੰ ਕਿਹਾ ਤਾਂ ਚੁੰਨੀ ਲੈਣ ਨੂੰ ਕਿਉਂ ਕਿਹਾ ਤਾਂ ਮਤਲਬ ਕੁੜੀਆਂ ਵੀ ਨਹੀਂ ਇਸ ਚੀਜ਼ ਨੂੰ ਅਲਾਓ ਕਰਦੀਆਂ ਹਾਲਾਂਕਿ ਅਸੀਂ ਕਰਦੇ ਹਾਂ ਸਰ ਅਸੀਂ ਜੇ ਕਰਦੇ ਹਾਂ ਤਾਂ ਦੋਵੇਂ ਚੀਜ਼ਾਂ ਪੋਜ਼ਿਟਿਵ ਵੀ ਹੈ ਅਤੇ ਨੈਗੇਟਿਵ ਵੀ ਹੈ ਨਹੀਂ ਮੈਂ ਕਨਫਿਊਜ਼ ਹਾਂ ਜਾਂ ਤੁਸੀਂ ਕਨਫਿਊਜ਼ ਹੋ ਤੁਸੀਂ ਤੇ ਆਪ ਹੀ ਗੱਲ ਕਹੀ ਸੀ ਤੁਸੀਂ ਕਹਿ ਰਹੇ ਹੋ ਵੀ ਕੁੜੀਆਂ ਗੱਲ ਸੋਚਦੀਆਂ ਮੈਂ ਤਾਂ ਸਰ ਪਹਿਲੇ ਚੁੰਨੀ ਲੈਣ ਨੂੰ ਕਿਉਂ ਕਹਿ ਦਿੱਤਾ ਨਹੀਂ ਨਹੀਂ ਮੈਂ ਤੁਹਾਨੂੰ ਦੱਸ ਰਹੀ ਹਾਂ ਵੀ ਮੈਂ ਉਸ ਏਰੀਏ 'ਚ ਆਈ ਹਾਂ ਜਿੱਥੇ ਕੁੜੀਆਂ ਸਿਰ 'ਤੇ ਚੁੰਨੀ ਲੈ ਕੇ ਨਿਕਲਦੀਆਂ ਬਾਹਰ ਠੀਕ ਹੈ ਜੀ ਅਤੇ ਕੁੜੀਆਂ ਕਈ ਕੁੜੀਆਂ ਹੁਣ ਮੰਨ ਲਓ ਜਿਵੇਂ ਆਹ ਸਾਡੀ ਤਾਂ ਹੈਬਿਟ ਬੜੀ ਹੋਈ ਹੈ ਬਹੁਤ ਪੁਰਾਣੇ ਆ ਮਤਲਬ 34 ਈਅਰਸ ਮੇਰੀ ਏਜ ਆ ਹੁਣ ਤਾਂ ਆਦਤ ਬਣ ਗਈ 20-22 ਸਾਲ ਹੋ ਗਏ ਪਲੱਸ 2 ਕੀਤਾ ਤੇ ਉਦੋਂ ਤੱਕ ਹੋ ਗਿਆ ਉਸ ਤੋਂ ਬਾਅਦ ਜਿਹੜੀ ਯਾਨੀ ਕਿ ਮਜਬੂਰੀ ਸੀ ਆਦਤ ਬਣ ਗਈ ਉਦੋਂ ਮਜਬੂਰੀ ਸੀ ਹੁਣ ਆਦਤ ਬਣ ਚੁੱਕੀ ਤੇ ਹੁਣ ਤਾਂ ਚਲੋ ਚੰਗਾ ਵੀ ਲੱਗਦਾ ਦੁਬਾਰਾ ਫਿਰ ਘੁੰਮ ਕੇ ਉੱਠੀ ਕਿਉਂਕਿ ਤੁਸੀਂ ਕਨਫਿਊਜ਼ ਹੋ ਜਾਂ ਸਾਨੂੰ ਕਰ ਰਹੇ ਤੁਸੀਂ ਮੋਟੀਵੇਸ਼ਨਲ ਤੁਸੀਂ ਕਿਹਾ ਹਾਂਜੀ ਤੇ ਤੁਸੀਂ ਮੋਟੀਵੇਸ਼ਨਲ ਦੇ ਵਿੱਚ ਕਿਉਂ ਨਹੀਂ ਉਹਨਾਂ ਨੂੰ ਜਾ ਕੇ ਇਨਸਪਾਇਰ ਕੀਤਾ ਵੀ ਇਹ ਚੀਜ਼ਾਂ ਕਿਉਂ ਸਰ ਮੋਟੀਵੇਸ਼ਨ ਦੇ ਵਿੱਚ ਮੈਂ ਉਹੀ ਕਹਿ ਰਹੀ ਹਾਂ ਵੀ ਸਮਝਾ ਸਿਰਫ ਮੈਂ ਉਹਦੇ ਮੰਮੀ ਡੈਡੀ ਨੂੰ ਸਕਦੀ ਹਾਂ ਨਾ ਕਿ ਜਾਣਦੀ ਆਂਡੀਆਂ ਗਵਾਂਡੀਆਂ ਨੂੰ ਫਿਰ ਆਪਾਂ ਨੂੰ ਲਿਖਣ ਦਾ ਫਾਇਦਾ ਕੀ ਲਿਖਣ ਦਾ ਫਾਇਦਾ ਮੈਂ ਤੁਹਾਨੂੰ ਦੱਸ ਮੈਂ ਤੁਹਾਨੂੰ ਗੱਲ ਇਹ ਕਲੀਅਰ ਕਰ ਰਹੀ ਸੀ ਵੀ ਮੰਨ ਲਓ ਜੇ ਤੁਸੀਂ ਮੈਨੂੰ ਇਸ ਪਲੈਟਫਾਰਮ ਤੋਂ ਅੱਗੇ ਮੈਂ ਜਾਂਦਾ ਮੈਨੂੰ ਮੌਕਾ ਮਿਲਦਾ ਨਾ ਤਾਂ ਮੈਂ ਆਪਦੇ ਨਾਲ ਸਪੈਸ਼ਲੀ ਲੇਡੀਜ਼ ਨੂੰ ਜੋੜੂੰਗੀ ਕਿਉਂਕਿ ਜੇ ਲੇਡੀਜ਼ ਦੇ ਦਿਮਾਗ 'ਚ ਕੀੜਾ ਨਿਕਲ ਗਿਆ ਨਾ ਤਾਂ ਬਹੁਤ ਵਧੀਆ ਗੱਲ ਹੈ